बिस्मिल्लाहिर्रहमानिर्रहीम, अस्सलाम वालेकुम रहमतुल्ला। मैं अज लैके आई हाँ बहुत ही मज़ेदार जी रेसिपी तुहाड़े वास्ते। अज असीं बनावांगे प्याज दे तड़के वाले चावल, बहुत ही सादा। नाल असीं इहदे नाल तैयार करांगे कद्दू दा रायता, नाल असीं जी बनावांगे आलू दीआं टिक्कियां। बहुत ही मज़ेदार, बहुत ही लाजवाब लगदियां, ठीक है जी। बहुत ही आसान जे तरीके नाल सारियां चीज़ां बन जांदियां। सब तो पहले तुसीं जिहड़ा चावल तैयार कर लैणे उहदे वास्ते तुसीं इक देगचे विच घिओ शामिल करके दो बड़े प्याज लै के उहनां नूं तुसीं गोल्डन ब्राउन कर लैणा। अच्छी तरह ਉਹਦਾ ਅਸੀਂ ਤੜਕਾ ਤਿਆਰ ਕਰ ਲੈਣਾ। ਚਾਵਲਾਂ ਦਾ ਤੜਕਾ ਅਸੀਂ ਸਭ ਤੋਂ ਪਹਿਲਾਂ ਤਿਆਰ ਕਰਨਾ, ਅਤੇ ਉਹਦੇ ਵਾਸਤੇ ਜਿਹੜਾ ਪਿਆਜ਼ ਹੈ ਨਾ ਸਾਰਾ, ਉਹਨੂੰ ਅੱਛੀ ਤਰ੍ਹਾਂ ਅਸੀਂ ਬਰਾਊਨ ਕਰ ਲਵਾਂਗੇ ਵਧੀਆ ਜਿਹਾ। ਇਸ ਤਰੀਕੇ ਦੇ ਨਾਲ ਜਦੋਂ ਹੋ ਜਾਏ ਤਾਂ ਫਿਰ ਤੁਸੀਂ ਵਿੱਚ ਪਾਣੀ ਸ਼ਾਮਿਲ ਕਰਕੇ ਉਹਨੂੰ ਥੋੜ੍ਹੀ ਦੇਰ ਵਾਸਤੇ ਢੱਕ ਦਿਓ, ਠੀਕ ਹੈ। ਢੱਕਣਾ ਇਸ ਲਈ ਕਿ ਉਹਦਾ ਪਿਆਜ਼ ਹੈ ਜਿਹੜਾ ਨਾ ਉਹ ਰੰਗ ਆ ਜਾਵੇ, ਕਲਰ ਆ ਜਾਵੇ, ਉਨੀ ਦੇਰ ਤੱਕ ਅਸੀਂ ਇਹਨੂੰ ਦਮ ਨਾ ਲਗਾ ਕੇ ਅਤੇ ਰੱਖ ਦੇਵਾਂਗੇ, ਠੀਕ ਹੈ ਜੀ। ਮਾਸ਼ਾਅੱਲਾ ਇਸ ਤਰੀਕੇ ਨਾਲ ਜਦੋਂ ਆ ਜਾਵੇ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਨਾ ਲਹਿਸਣ ਦਾ ਪੇਸਟ ਸ਼ਾਮਿਲ ਕਰ ਦੇਣਾ ਹੈ। ਲਹਿਸਣ ਦਾ ਪੇਸਟ ਮੈਂ ਸ਼ਾਮਿਲ ਕਰ ਦਿੱਤਾ, ਠੀਕ ਹੈ ਜੀ। ਇਹਨੂੰ ਅਸੀਂ ਅੱਛੀ ਤਰ੍ਹਾਂ ਤੜਕਾ ਲਗਾ ਲਵਾਂਗੇ। ਲਹਿਸੁਣ ਨੂੰ ਵੀ ਅੱਛੀ ਤਰ੍ਹਾਂ ਅਸੀਂ ਘਿਓ ਦੇ ਵਿੱਚ ਅਸੀਂ ਭੁੰਨ ਲੈਣਾ, ਠੀਕ ਹੈ ਜੀ। ਇਹਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਜੀ ਅਸੀਂ ਸ਼ਾਮਿਲ ਕਰ ਦਿਆਂਗੇ ਟਮਾਟਰ। ਦੋ ਟਮਾਟਰ ਮੈਂ ਲਏ ਸੀ, ਇਹ ਉਹਨਾਂ ਨੂੰ ਬੜੇ ਟਮਾਟਰ ਸਨ, ਉਹਨਾਂ ਨੂੰ ਅੱਛੀ ਤਰ੍ਹਾਂ ਛੋਟਾ ਛੋਟਾ ਅਸੀਂ ਕੱਟ ਲਿਆ ਧੋ ਕੇ, ਅਤੇ ਉਹਨਾਂ ਨੂੰ ਇਹਦੇ ਵਿੱਚ ਮੈਂ ਸ਼ਾਮਿਲ ਕਰਤਾ। ਇਹਨੂੰ ਵੀ ਅਸੀਂ ਘਿਓ ਦੇ ਵਿੱਚ ਪਕਾ ਲਵਾਂਗੇ ਥੋੜ੍ਹੀ ਦੇਰ। ਪਕਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਮਸਾਲੇ ਜਿਹੜੇ ਨਾ ਉਹ ਸ਼ਾਮਿਲ ਕਰ ਦੇਵਾਂਗੇ। ਨਮਕ ਸ਼ਾਮਿਲ ਕਰ ਦਾਂਗਾ, ਹਸਬੇ ਜ਼ਾਇਕਾ ਤੁਸੀਂ ਸ਼ਾਮਿਲ ਕਰ ਦੇਣਾ, ਠੀਕ ਹੈ ਜੀ। ਨਾਲ ਤੁਸੀਂ ਦਰਦਰੀ ਮਿਰਚ ਸ਼ਾਮਿਲ ਕਰ ਦੇਣੀ ਹੈ, ਠੀਕ ਹੈ ਜੀ। ਇੱਕ ਚਮਚ ਦਰਦਰੀ ਮਿਰਚ ਸ਼ਾਮਿਲ ਕੀਤਾ, ਨਾਲ ਜੀ ਮੈਂ ਕੁੱਟਿਆ ਧਨੀਆ, ਸੁੱਕਾ ਧਨੀਆ ਜਿਹੜਾ ਹੁੰਦਾ ਨਾ ਉਹ ਅਸੀਂ ਸ਼ਾਮਿਲ ਕੀਤਾ। ਨਾਲ ਮੈਂ ਜੀ ਹਲਦੀ ਵਿੱਚ ਸ਼ਾਮਿਲ ਕੀਤੀ ਆ ਇੱਕ ਚਮਚ। ਬਸ ਥੋੜ੍ਹੇ ਜਿਹੇ ਹੀ ਮਸਾਲੇ ਅਸੀਂ ਸ਼ਾਮਿਲ ਕਰਨੇ ਆ, ਅਤੇ ਬਹੁਤ ਹੀ ਵਧੀਆ ਲਾਜਵਾਬ ਜਿਹੇ ਚਾਵਲ ਤਿਆਰ ਹੋ ਜਾਂਦੇ ਆ। ਸਾਦੇ ਅਤੇ ਸਿੰਪਲ ਜਿਹਨੂੰ ਕਹਿੰਦੇ ਆ ਨਾ ਚਾਵਲ, ਉਹ ਅਸੀਂ ਤਿਆਰ ਕਰਾਂਗੇ। ਨਾਲ ਅਸੀਂ ਜਿਹੜੀਆਂ ਦੋ ਤਿੰਨ ਮਿਰਚਾਂ ਲੈ ਕੇ ਉਹਨਾਂ ਨੂੰ ਇਸ ਨਾਲ ਦਰਮਿਆਨ ਵਿੱਚ ਕੱਟ ਕੇ ਅਤੇ ਉਹ ਸ਼ਾਮਿਲ ਕਰ ਦਿਆਂਗੇ। ਇਹਨਾਂ ਦੀ ਖੁਸ਼ਬੂ ਵਧੀਆ ਲੱਗਦੀ ਆ, ਅਤੇ ਤੁਸੀਂ ਅਗਰ ਪਾਉਣੇ ਚਾਹੋ ਤਾਂ ਠੀਕ ਆ, ਨਹੀਂ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਆ, ਠੀਕ ਆ। ਨਾਲ ਅਸੀਂ ਜਿਹੜਾ ਨਾ ਸਾਬਤ ਮਸਾਲਾ ਸ਼ਾਮਿਲ ਕਰਕੇ ਅਤੇ ਸਾਰੇ ਮਸਾਲੇ ਨੂੰ ਅੱਛੀ ਤਰ੍ਹਾਂ ਪਕਾ ਲਵਾਂਗੇ, ਭੁੰਨ ਲਵਾਂਗੇ, ਅਤੇ ਤਾਂ ਕਿ ਮਿਰਚਾਂ ਕੱਚੀਆਂ ਨਾ ਰਹਿਣ। ਜਦੋਂ ਪੱਕ ਜਾਣ ਤਾਂ ਫਿਰ ਅਸੀਂ ਇੱਕ ਬਾਊਲ, ਜੇ ਜਿੰਨਾ ਤੁਸੀਂ ਚਾਵਲ ਲਏ ਆ ਨਾ ਜੀ, ਅਗਰ ਸਾਦੇ ਚਾਵਲ ਪਕਾਓ, ਬਿਰਿਆਨੀ ਪਕਾਓ ਤਾਂ ਦੁੱਧ ਉਹਦਾ ਹੋਰ ਹਿਸਾਬ ਹੁੰਦਾ। ਅਗਰ ਤੁਸੀਂ ਚਾਵਲ ਪਕਾਓ ਨਾ ਦੂਸਰੇ ਸਾਦੇ, ਤਾਂ ਫਿਰ ਤੁਸੀਂ ਇੱਕ ਬਰਤਨ ਦੇ ਵਿੱਚ ਉਹਨੂੰ ਨਾਪ ਕੇ ਅਤੇ ਫਿਰ ਹੀ ਤੁਸੀਂ ਉਹਨੂੰ ਪਕਾ ਸਕਦੇ ਹੋ। ਇਹ ਮੈਂ ਬਾਊਲ ਲਿਆ ਸੀ ਨਾ, ਉਹ ਇੱਕ ਬਾਊਲ ਮੈਂ ਚਾਵਲਾਂ ਦਾ ਪਕਾਇਆ, ਅਤੇ ਮੈਂ ਦੋ ਬਾਊਲ ਜਿਹੜੇ ਨਾ ਉਹ ਪਾਣੀ ਦੇ ਵਿੱਚ ਸ਼ਾਮਿਲ ਕਰਨੇ ਆ, ਠੀਕ ਆ ਜੀ। ਮੈਂ ਦੋ ਬਾਊਲ ਜਿਹੜੇ ਨਾ ਪਾਣੀ ਦੇ ਵਿੱਚ ਸ਼ਾਮਿਲ ਕੀਤੇ, ਥੋੜ੍ਹਾ ਜਿਹਾ ਵੱਧ ਲਗਾਇਆ। ਅਗਰ ਤੁਸੀਂ ਚਾਵਲ ਜ਼ਿਆਦਾ ਦੇਰ ਦੇ ਭਿਗੋ ਕੇ ਰੱਖੇ ਹੋਏ ਆ, ਤਾਂ ਫਿਰ ਤੁਸੀਂ ਪਾਣੀ ਬਰਾਬਰ ਹੀ ਲਾਓ। ਅਗਰ ਤੁਸੀਂ ਕੰਮ ਭਿਗੋ ਕੇ ਰੱਖਿਆ, ਤਾਂ ਫਿਰ ਤੁਸੀਂ ਥੋੜ੍ਹਾ ਜਿਹਾ ਪਾਣੀ ਜ਼ਿਆਦਾ ਲਾ ਦਿਉ। ਪਾਣੀ ਡਾਲ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ। ਪਾਣੀ ਜਦੋਂ ਉਬਲਣ ਲੱਗ ਜਾਏ, ਫਿਰ ਅਸੀਂ ਇਹਦੇ ਵਿੱਚ ਪਾਣੀ ਜਿਹੜਾ ਨਾ ਪਾਣੀ ਦੇ ਵਿੱਚ ਚਾਵਲ ਸ਼ਾਮਿਲ ਕਰ ਦੇਣੇ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਮੈਂ ਚਾਵਲ ਜਿਹੜਾ ਇੱਕ ਅੱਧਾ ਘੰਟਾ ਪਹਿਲਾਂ ਜਿਹੜਾ ਨਾ ਇਹਨਾਂ ਨੂੰ ਭਿਗੋ ਕੇ ਪਾਣੀ ਵਿੱਚ ਰੱਖਿਆ ਸੀ, ਅਤੇ ਹੁਣ ਇਹਦੇ ਵਿੱਚ ਜਿਹੜੇ ਉਹਨਾਂ ਨੂੰ ਮੈਂ ਚਾਵਲ ਸ਼ਾਮਿਲ ਕਰ ਦਿੱਤੇ। ਚਾਵਲ ਸ਼ਾਮਿਲ ਕਰਕੇ ਤੁਸੀਂ ਚਮਚੇ ਦੇ ਨਾਲ ਮਦਦ ਨਾਲ ਹਿਲਾਓ, ਹਿਲਾ ਕੇ ਇਹਨੂੰ ਥੋੜ੍ਹੀ ਦੇਰ ਵਾਸਤੇ ਢੱਕ ਕੇ ਪੱਕਣ ਵਾਸਤੇ ਰੱਖ ਦਿਓ, ਠੀਕ ਆ ਜੀ। ਉਨੀ ਦੇਰ ਤੱਕ ਨਾਲ ਨਾਲ ਤੁਸੀਂ ਦੇਖੀ ਵੀ ਜਾਓ ਕਿ ਪਾਣੀ ਜਲਦੀ ਖੁਸ਼ਕ ਨਾ ਹੋ ਜਾਏ, ਜਾਂ ਫਿਰ ਇੱਦਾਂ ਨਾ ਸਾਰੇ ਚਾਵਲ ਵੀ ਥੋੜ੍ਹੇ ਥੋੜ੍ਹੇ ਹਿਲਾਈ ਜਾਓ, ਦੋਨਾਂ ਸਾਈਡਾਂ ਤੋਂ ਚਾਵਲ ਜਿਹੜੇ ਪੱਕ ਜਾਣ। ਅਲਹਮਦੁਲਿਲਾ, ਪਾਣੀ ਜਿਹੜਾ ਸਾਰਾ ਖੁਸ਼ਕ ਹੋ ਗਿਆ, ਅਤੇ ਹੁਣ ਅਸੀਂ ਜੀ ਇਹਨੂੰ ਦਮ ਲਗਾ ਕੇ 5 ਮਿੰਟ ਵਾਸਤੇ ਰੱਖ ਦੇਵਾਂਗੇ। ਤੁਸੀਂ ਦੇਖਣਾ, ਅਗਰ ਚਾਵਲ ਜ਼ਿਆਦਾ ਕੱਚੇ ਨੇ, ਤਾਂ ਫਿਰ ਤੁਸੀਂ ਥੋੜ੍ਹਾ ਜਿਹਾ ਪਾਣੀ ਰੁਮਾਲ ਨੂੰ ਲਗਾ ਕੇ, ਅਤੇ ਫਿਰ ਤੁਸੀਂ ਦਮ ਲਗਾ ਕੇ ਇਹਨੂੰ ਰੱਖ ਦਿਓ। ਦੂਸਰੀ ਤਰਫ ਜੀ ਅਸੀਂ ਕੱਦੂ ਦਾ ਰਾਇਤਾ ਜਿਹੜਾ ਹੈ ਨਾ, ਉਹ ਕੱਦੂ ਦਾ ਰਾਇਤਾ ਬਾਅਦ 'ਚੋਂ ਤਿਆਰ ਕਰਾਂਗੇ, ਅਤੇ ਸਭ ਤੋਂ ਪਹਿਲਾਂ ਅਸੀਂ ਆਲੂ ਦੀਆਂ ਟਿੱਕੀਆਂ ਜਿਹੜੀਆਂ ਨਾ ਉਹ ਤਿਆਰ ਕਰ ਲਵਾਂਗੇ, ਠੀਕ ਆ ਜੀ। ਸਭ ਤੋਂ ਪਹਿਲਾਂ ਤੁਸੀਂ ਜਿਹੜੇ ਨਾ ਆਲੂ ਲੈ ਲੈਣੇ, 1/2 ਕਿਲੋ ਆਲੂ ਲੈਣੇ, ਉਹਦੇ ਵਿੱਚ ਮੈਂ ਪਿਆਜ਼ ਸ਼ਾਮਿਲ ਕੀਤਾ, ਉਹਨੂੰ ਮੈਸ਼ ਕਰਕੇ ਆਲੂਆਂ ਨੂੰ ਅੱਛੀ ਤਰ੍ਹਾਂ ਉਹਦੇ ਵਿੱਚ ਹੁਣ ਅਸੀਂ ਮਸਾਲੇ ਸ਼ਾਮਿਲ ਕਰ ਦਾਂਗੇ। ਹਲਦੀ ਸ਼ਾਮਿਲ ਕੀਤੀ ਹੈ, ਦਰਦਰੀ ਮਿਰਚ ਸ਼ਾਮਿਲ ਕੀਤੀ ਹੈ, ਨਮਕ ਸ਼ਾਮਿਲ ਕੀਤਾ, ਨਾਲ ਵੀ ਜੀ ਮੈਂ ਸੁੱਕਾ ਧਨੀਆ ਸ਼ਾਮਿਲ ਕੀਤਾ। ਉਹੀ ਚੀਜ਼ਾਂ ਸ਼ਾਮਿਲ ਕੀਤੀ ਜਿਹੜੀਆਂ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ, ਕਿਚਨ ਦੇ ਵਿੱਚ ਮੌਜੂਦ ਹੁੰਦੀਆਂ, ਕੋਈ ਚੀਜ਼ ਤੁਹਾਨੂੰ ਬਾਹਰੋਂ ਨਹੀਂ ਲੈਣ ਜਾਣੀ ਪਏਗੀ, ਠੀਕ ਆ ਜੀ। ਹੁਣ ਨਾਲ ਅਸੀਂ ਕੋਰਨਫਲਾਰ ਜਿਹੜਾ ਨਾ ਉਹ ਸ਼ਾਮਿਲ ਕਰ ਦੇਣਾ। ਅਗਰ ਤੁਸੀਂ ਤੜਕੋ ਇਹ ਨਹੀਂ ਹੈਗਾ, ਤੁਸੀਂ ਮੈਦਾ ਵੀ ਸ਼ਾਮਿਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਬ੍ਰੈਡ ਵੀ ਸ਼ਾਮਿਲ ਕਰ ਸਕਦੇ ਹੋ, ਠੀਕ ਆ ਜੀ। ਅਗਰ ਤੜਕੋ ਕੋਰਨਫਲਾਰ ਨਹੀਂ ਹੈਗਾ, ਤੇ ਇਹਨੂੰ ਅਸੀਂ ਜੀ 2 ਬੜੇ ਚਮਚ ਜਿਹੜੇ ਨਾ ਉਹ ਮੈਂ ਵਿੱਚ ਸ਼ਾਮਿਲ ਕਰਕੇ, ਅਤੇ ਇਹਨੂੰ ਵਧੀਆ ਜਿਹੜਾ ਨਾ ਅਸੀਂ ਮਿਕਸ ਕਰ ਲੈਣਾ, ਵਧੀਆ ਜਿਹਾ ਇਹਨਾਂ ਨੂੰ ਹਿਲਾ ਕੇ, ਅਤੇ ਆਟੇ ਵਰਗ ਜਿਸ ਆਟਾ ਗੁੰਨੀ ਦੇਣਾ, ਉਸ ਤਰੀਕੇ ਦੇ ਨਾਲ ਜਿਹੜਾ ਨਾ ਅਸੀਂ ਇਹਨੂੰ ਤਿਆਰ ਕਰ ਲਾਂਗੇ। ਅਲਹਮਦੁਲਿਲਾ, ਇਸ ਤਰੀਕੇ ਨਾਲ ਜੀ ਸਾਰਾ ਮਸਾਲਾ ਜਿਹੜਾ ਨਾ ਟਿੱਕੀਆਂ ਦਾ ਤਿਆਰ ਹੋ ਗਿਆ। ਫਿਰ ਤੁਸੀਂ ਇੱਕ ਟਮਾਟਰ ਲੈ ਲੈਣਾ, ਉਹਨਾਂ ਨੂੰ ਬਰੀਕ ਬਰੀਕ ਇਸ ਤਰੀਕੇ ਨਾਲ ਕੱਟ ਕੇ, ਅਤੇ ਹੁਣ ਤੁਸੀਂ ਜਿਹੜੀਆਂ ਨਾ ਟਿੱਕੀਆਂ ਉਹ ਅਸੀਂ ਬਣਾਉਣੀਆਂ ਸ਼ੁਰੂ ਕਰਦੇ ਹਾਂ। ਅਲਹਮਦੁਲਿਲਾ, ਬਹੁਤ ਹੀ ਮਜ਼ੇਦਾਰ ਅਤੇ ਬਹੁਤ ਹੀ ਆਸਾਨੀ ਦੇ ਨਾਲ ਸਾਰੀਆਂ ਚੀਜ਼ਾਂ ਬਣ ਜਾਂਦੀਆਂ। ਦੁਪਹਿਰ ਦੇ ਖਾਣੇ ਵਾਸਤੇ ਬੱਚਿਆਂ ਨੂੰ ਬਹੁਤ ਸ਼ੌਕ ਨਾਲ ਬੱਚੇ ਖਾ ਲੈਂਦੇ ਆ, ਅਤੇ ਖੁਸ਼ ਹੋ ਕੇ, ਅਤੇ ਹੁਣ ਅਸੀਂ ਟਿੱਕੀਆਂ ਬਣਾਵਾਂਗੇ ਹੱਥ ਨਾਲ ਹੀ। ਮਾਸ਼ਾਅੱਲਾ, ਅਗਰ ਤੁਹਾਡੇ ਕੋਈ ਹੋਰ ਚੀਜ਼ ਹੈਗੀ ਬਣਾਉਣ ਵਾਸਤੇ ਉਹ ਲੈ ਲਓ, ਠੀਕ ਹੈ ਜੀ। ਇਸ ਤਰ੍ਹਾਂ ਆਲੂ ਜਿਹੜਾ ਨਾ ਟਿੱਕੀ ਬਣਾ ਕੇ ਉਹਦੇ ਉੱਪਰ ਤੁਸੀਂ ਟਮਾਟਰ ਦੇ ਜਿਹੜਾ ਇੱਕ ਪੀਸ ਹੈ ਨਾ ਉਹ ਇੱਦਾਂ ਰੱਖੀ ਜਾਓ, ਅਤੇ ਬਹੁਤ ਹੀ ਮਜ਼ੇਦਾਰ ਲੱਗਦੀ ਆ, ਅਤੇ ਇੱਕ ਜਿਹੜਾ ਨਾ ਇੱਕ ਨਵਾਂ ਤਰੀਕਾ ਬਣ
ਅਤੇ ਅਲਹਮਦੁਲਿਲਾ ਬਹੁਤ ਹੀ ਵਧੀਆ ਬਹੁਤ ਹੀ ਆਸਾਨੀ ਦੇ ਨਾਲ ਇਹ ਚੀਜ਼ਾਂ ਬਣ ਜਾਂਦੀਆਂ ਅਤੇ ਖੁਸ਼ੀ ਵੀ ਬਹੁਤ ਮਹਿਸੂਸ ਹੁੰਦੀ ਜਦੋਂ ਬੱਚੇ ਬਹੁਤ ਸ਼ੌਕ ਦੇ ਨਾਲ ਅਤੇ ਖੁਸ਼ ਹੋ ਕੇ ਖਾ ਲੈਂਦੇ ਆ ਨਾ ਅਤੇ ਸਾਰੀ ਥਕਾਵਟ ਜਿਹੜੀ ਨਾ ਉਹ ਦੂਰ ਹੋ ਜਾਂਦੀ ਹੈ। ਅਲਹਮਦੁਲਿਲਾ ਟਿੱਕੀਆਂ ਜਿਹੜੀਆਂ ਸਾਰੀਆਂ ਮੈਂ ਬਣਾ ਲਈਆਂ, ਬਣਾ ਕੇ ਹੁਣ ਇਹਨਾਂ ਨੂੰ ਅਸੀਂ ਜੀ ਫਰਾਈ ਕਰ ਲਵਾਂਗੇ। ਤੁਸੀਂ ਤਵੇ ਦੇ ਉੱਪਰ ਵੀ ਫਰਾਈ ਕਰ ਸਕਦੇ, ਅਗਰ ਕੋਈ ਹੋਰ ਬਰਤਨ ਹੈਗਾ ਤੁਹਾਡੇ ਕੋਲ ਅਤੇ ਤੁਸੀਂ ਉਹਦੇ ਵਿੱਚ ਵੀ ਮਤਲਬ ਦੂਸਰਾ ਜਿਹੜਾ ਫਰਾਈ ਕਰਨ ਵਾਲਾ ਹੁੰਦਾ ਉਹਦੇ 'ਤੇ ਵੀ ਕਰ ਸਕਦੇ ਹੋ। ਠੀਕ ਹੈ, ਥੋੜ੍ਹਾ ਜਿਹਾ ਅਸੀਂ ਘਿਓ ਸ਼ਾਮਿਲ ਕਰਕੇ ਅਤੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਅਸੀਂ ਰੱਖ ਦੇਵਾਂਗੇ। ਇੱਕ ਸਾਈਡ ਤੋਂ ਪਹਿਲਾਂ ਅੱਛੀ ਤਰ੍ਹਾਂ ਪਕਾ ਲਵਾਂਗੇ, ਫਿਰ ਅਸੀਂ ਜਿਹੜਾ ਹੈ ਨਾ ਇਹਨਾਂ ਦੀ ਸਾਈਡ ਬਦਲ ਕੇ ਦੂਸਰੀ ਤਰਫੋਂ ਵੀ ਇਹਨਾਂ ਨੂੰ ਅੱਛੀ ਤਰ੍ਹਾਂ ਪਕਾ ਲਵਾਂਗੇ। ਅਲਹਮਦੁਲਿਲਾ ਅਲਹਮਦੁਲਿਲਾ ਬਹੁਤ ਹੀ ਵਧੀਆ ਲੱਗਦੀਆਂ, ਬਹੁਤ ਹੀ ਮਜ਼ਾ। ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਅਤੇ ਬਹੁਤ ਹੀ ਅੱਛੀਆਂ ਬਣਨਗੀਆਂ ਅਤੇ ਪਰਫੈਕਟ ਬਣਨਗੀਆਂ ਤੁਹਾਡੇ ਕੋਲੋਂ ਵੀ। ਅਤੇ ਇਹਨਾਂ ਨੂੰ ਜੀ ਅਸੀਂ ਇੱਕ ਸਾਈਡ ਤੋਂ ਪਕਾ ਲਿਆ ਵਧੀਆ ਜਿਹਾ, ਅਤੇ ਹੁਣ ਦੂਸਰੀ ਇਹਦੀ ਜਿਹੜੀਆਂ ਨਾ ਅਸੀਂ ਸਾਈਡ ਜਿਹੜੀਆਂ ਨਾ ਰੁੱਖ ਬਦਲ ਬਦਲ ਕੇ ਅਤੇ ਇਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਅਸੀਂ ਪਕਾ ਲਵਾਂਗੇ। ਅਲਹਮਦੁਲਿਲਾ ਬਹੁਤ ਹੀ ਆਸਾਨ ਜੀ ਜਿਹੜਾ ਰੈਸਪੀ ਹੈ ਨਾ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਕੋਈ ਚੀਜ਼ ਵੀ ਜਿਹੜੀਆਂ ਨਾ ਮੁਸ਼ਕਲ ਨਹੀਂ ਹੈਗੀ, ਸਾਰੀਆਂ ਚੀਜ਼ਾਂ ਕਿਚਨ ਦੇ ਵਿੱਚੋਂ ਹੀ ਤੁਹਾਨੂੰ ਮਿਲ ਜਾਣੀਆਂ, ਬਾਜ਼ਾਰੋਂ ਕੋਈ ਚੀਜ਼ ਸਾਨੂੰ ਲਿਆਉਣੀ ਨਹੀਂ ਪਏਗੀ। ਅਤੇ ਅਲਹਮਦੁਲਿਲਾ ਬਹੁਤ ਹੀ ਵਧੀਆ ਜੀ ਰੈਸਪੀ, ਅਗਰ ਤੁਹਾਨੂੰ ਬਣਾਉਣ ਦਾ ਤਰੀਕਾ ਲੱਗਦਾ ਹੋਵੇ ਨਾ ਚੰਗਾ ਤਾਂ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਅਲਹਮਦੁਲਿਲਾ ਹੁਣ ਅਸੀਂ ਸ਼ੁਰੂ ਕਰਾਂਗੇ ਕੱਦੂ ਦਾ ਰਾਇਤਾ ਬਣਾਉਣਾ। ਉਹਦੇ ਵਾਸਤੇ ਅਸੀਂ ਕੱਦੂ ਲੈ ਰਹੇ, ਆਹ ਸਾਰੀਆਂ ਚੀਜ਼ਾਂ ਮੈਂ ਰੱਖੀਆਂ ਤੁਹਾਨੂੰ ਦਿਖਾਉਣ ਵਾਸਤੇ ਜਿਹੜੀਆਂ ਚੀਜ਼ਾਂ ਵਿੱਚ ਅਸੀਂ ਸ਼ਾਮਿਲ ਕਰਾਂਗੇ। ਠੀਕ ਆ ਜੀ, ਸਭ ਤੋਂ ਪਹਿਲਾਂ ਜੀ ਅਸੀਂ ਕੀ ਕਰਨਾ ਹੈ, ਕੱਦੂ ਜਿਹੜਾ ਲੈ ਕੇ ਨਾ ਉਹਨੂੰ ਅੱਛੀ ਤਰ੍ਹਾਂ ਛਿੱਲ ਲੈਣਾ, ਛਿੱਲ ਕੇ ਧੋ ਕੇ ਅਤੇ ਅਸੀਂ ਇਹਨੂੰ ਕੱਦੂਕਸ਼ ਕਰ ਲੈਣਾ। ਠੀਕ ਆ ਜੀ, ਇਸ ਤਰੀਕੇ ਦੇ ਨਾਲ ਇਹਦੇ ਨਾਲ ਅਸੀਂ ਕੱਦੂਕਸ਼ ਇਹਨੂੰ ਕਰ ਲਵਾਂਗੇ ਕੱਦੂ ਨੂੰ। ਇਹ ਠੰਡਾ ਬਹੁਤ ਹੁੰਦਾ, ਬਹੁਤ ਹੀ ਮੁਫੀਦ ਹੁੰਦਾ ਗਰਮੀਆਂ ਬੱਚਿਆਂ ਵਾਸਤੇ ਵੀ, ਬੜਿਆਂ ਵਾਸਤੇ। ਗਰਮੀਆਂ ਨੂੰ ਤੁਸੀਂ ਜ਼ਰੂਰ ਇਹਨਾਂ ਨੂੰ ਬਣਾ ਕੇ ਖਾਓ। ਕੱਦੂਕਸ਼ ਕਰਕੇ ਜੀ ਇਹਨੂੰ ਥੋੜ੍ਹੀ ਦੇਰ ਜਿਹੜਾ ਨਾ 5 ਮਿੰਟ ਅਸੀਂ ਬੋਇਲ ਕਰ ਲੈਣਾ ਵਾ ਇਸ ਤਰੀਕੇ ਨਾਲ। ਜ਼ਿਆਦਾ ਬੋਇਲ ਨਹੀਂ ਕਰਨਾ ਕਿ ਇਹਦਾ ਰੰਗ ਹੀ ਬਦਲ ਜਾਵੇ, ਬਸ ਇੰਨਾ ਕੁ ਹੀ ਕਰਨਾ ਵਾ ਕਿ ਥੋੜ੍ਹਾ ਜਿਹਾ ਕੱਚਾ ਪਾਣੀ ਦਾ ਦੂੜੋ ਜਿਹਾ ਬੱਚੇ ਖਾ ਲੈਣ। ਠੀਕ ਆ ਜੀ, ਇਹਨੂੰ ਅਸੀਂ ਬੋਇਲ ਕਰਕੇ ਅਤੇ ਠੰਡਾ ਕਰ ਲਿਆ। ਹੁਣ ਇਹਦੇ ਵਿੱਚ ਜੀ ਅਸੀਂ ਸ਼ਾਮਿਲ ਕਰ ਦੇਵਾਂਗੇ ਪਕੌੜੀਆਂ। ਇਹ ਵੀ ਤੁਸੀਂ ਭਿਗੋ ਕੇ ਰੱਖ ਦਿਓ ਪਹਿਲੇ, ਤਾਂ ਬਹੁਤ ਹੀ ਵਧੀਆ ਫੁੱਲ ਜਾਂਦੀਆਂ ਅਤੇ ਬਹੁਤ ਸੋਹਣੀਆਂ ਲੱਗਦੀਆਂ ਨਰਮ। ਅਤੇ ਨਾਲ ਇਹਦੇ ਵਿੱਚ ਜੀ ਸ਼ਾਮਿਲ ਕਰ ਦੇਵਾਂਗੇ ਅਸੀਂ ਪਿਆਜ਼। ਪਿਆਜ਼ ਵੀ ਅਗਰ ਤੁਹਾਨੂੰ ਸ਼ੌਕ ਨਾ ਤੁਸੀਂ ਖਾ ਲੈਂਦੇ ਹੋ ਤਾਂ ਪਿਆਜ਼ ਸ਼ਾਮਿਲ ਕਰ ਲਓ, ਨਹੀਂ ਖਾਣਾ ਚਾਹੁੰਦੇ ਮਤਲਬ ਨਹੀਂ ਖਾਂਦੇ ਬੱਚੇ ਤਾਂ ਫਿਰ ਤੁਸੀਂ ਪਿਆਜ਼ ਨਾ ਸ਼ਾਮਿਲ ਕਰੋ, ਵਿੱਚ ਸ਼ਾਮਿਲ ਕਰ ਦਿਓ ਜੀ ਤੁਸੀਂ ਖੀਰੇ। ਸਾਰੀਆਂ ਚੀਜ਼ਾਂ ਹੀ ਮੈਂ ਇੱਦਾਂ ਦੇ ਲਈਆਂ ਕਿ ਸਾਰੀਆਂ ਚੀਜ਼ਾਂ ਹੀ ਮਾਸ਼ਾਅੱਲਾ ਗਰਮੀਆਂ ਵਿੱਚ ਬਹੁਤ ਜ਼ਿਆਦਾ ਮੁਫੀਦ ਨੇ। ਠੰਡੀਆਂ ਨੇ ਖੀਰੇ ਦੀ ਵੀ ਬਹੁਤ ਜ਼ਿਆਦਾ ਮਾਸ਼ਾਅੱਲਾ ਇਹਦੀ ਜਿਹੜਾ ਨਾ ਤਸੀਰ ਠੰਡੀ ਹੁੰਦੀ ਆ। ਟਮਾਟਰ ਵਿੱਚ ਅਸੀਂ ਸ਼ਾਮਿਲ ਕੀਤੇ, ਹਰ ਚੀਜ਼ ਨੈਚੁਰਲ ਆ ਅਤੇ ਇਹ ਤੁਸੀਂ ਜ਼ਰੂਰ ਮਾਸ਼ਾਅੱਲਾ ਇੱਕ ਵਾਰੀ ਟਰਾਈ ਕਰੋ, ਇੱਕ ਵਾਰੀ ਬਣਾ ਕੇ ਜ਼ਰੂਰ ਖਵਾਇਓ ਬੱਚਿਆਂ ਨੂੰ ਵੀ ਅਤੇ ਖੁਦ ਵੀ ਮਾਸ਼ਾਅੱਲਾ ਬਹੁਤ ਵਧੀਆ ਲੱਗੂਗੇ। ਨਾਲ ਚਾਵਲਾਂ ਦੇ ਨਾਲ ਤਾਂ ਬਹੁਤ ਹੀ ਲਾਜਵਾਬ ਲੱਗਦੇ ਆ ਨਾ। ਇਹਨਾਂ ਸਾਰੀ ਚੀਜ਼ਾਂ ਨੂੰ ਜੀ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਮਿਕਸ ਜਦੋਂ ਹੋ ਜਾਣ ਅਤੇ ਫਿਰ ਤੁਸੀਂ ਜਿਹੜਾ ਨਾ ਦਹੀਂ ਲੈ ਲੈਣਾ। ਦਹੀਂ ਤੁਸੀਂ ਜਿੰਨਾ ਵੀ ਮਤਲਬ ਜਿੰਨੇ ਵੀ ਮਿਕਦਾਰ 'ਚ ਤੁਸੀਂ ਚੀਜ਼ ਬਣਾਉਣੀ ਚਾਹੋ ਉੰਨੇ ਹੀ ਮਿਕਦਾਰ ਵਿੱਚ ਤੁਸੀਂ ਦਹੀਂ ਵੀ ਲੈ ਲਓ। ਠੀਕ ਆ ਜੀ, ਦਹੀਂ ਨੂੰ ਅਸੀਂ ਥੋੜ੍ਹਾ ਜਿਹਾ ਨਾ ਮਤਲਬ ਚਮਚ ਦੀ ਮਦਦ ਨਾਲ ਹਿਲਾ ਲਵਾਂਗੇ ਜਾ ਕੇ, ਤਾਂ ਕਿ ਇਹਦੇ ਬੜੇ ਬੜੇ ਜਿਹੜੀਆਂ ਹੁੰਦੇ ਨਾ ਮਤਲਬ ਟੇਲੇ ਜੀ ਉਹ ਖਤਮ ਹੋ ਜਾਣ, ਅਤੇ ਇਹਨੂੰ ਅਸੀਂ ਅੱਛੀ ਤਰ੍ਹਾਂ ਹਿਲਾ ਕੇ ਅਤੇ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ। ਠੀਕ ਆ ਜੀ, ਇਸ ਤਰੀਕੇ ਨਾਲ ਅਲਹਮਦੁਲਿਲਾ ਬਹੁਤ ਮਜ਼ੇਦਾਰ ਬਣਦਾ। ਅਗਰ ਚਾਵਲਾਂ ਤੋਂ ਬਗੈਰ ਵੀ ਤੁਸੀਂ ਖਾਣਾ ਚਾਹੋ ਤਾਂ ਉਸ ਤੋਂ ਬਗੈਰ ਵੀ ਖਾ ਸਕਦੇ, ਚਾਵਲਾਂ ਦੇ ਨਾਲ ਵੀ ਤੁਸੀਂ ਇਹਨੂੰ ਮਤਲਬ ਬੱਚਿਆਂ ਨੂੰ ਦੇ ਸਕਦੇ ਹੋ। ਮਾਸ਼ਾਅੱਲਾ ਅਲਹਮਦੁਲਿਲਾ ਬਹੁਤ ਵਧੀਆ ਜਿਹਾ ਇਹ ਰਾਇਤਾ ਬਣਦਾ। ਹੁਣ ਇੱਥੇ ਤੁਸੀਂ ਸ਼ਾਮਿਲ ਕਰ ਦੇਣਾ ਪੁਦੀਨੇ ਦੀ ਚਟਨੀ। ਇਹਨੂੰ ਮੈਂ 2-3 ਮਿਰਚਾਂ ਮਿਰਚਾਂ ਸ਼ਾਮਿਲ ਕਰਕੇ ਪੁਦੀਨੇ ਦੀ ਚਟਨੀ ਬਣਾ ਕੇ ਰੱਖੀ ਹੋਈ ਆ। ਗਰਮੀਆਂ ਨੂੰ ਬਹੁਤ ਵਧੀਆ ਲੱਗਦੀ ਹੈ, ਠੰਡੀ ਹੁੰਦੀ ਹੈ ਇਹਦੀ ਵੀ ਤਸੀਰ। ਅਤੇ ਇਹਨੂੰ ਅਸੀਂ ਵਿੱਚ 2 ਚਮਚ ਜਿਹੜੇ ਨਾ ਸ਼ਾਮਿਲ ਕਰ ਦੇਵਾਂਗੇ। ਸ਼ਾਮਿਲ ਕਰਕੇ ਤਾਂ ਵਧੀਆ ਜੇ ਤੁਸੀਂ ਹਿਲਾ ਕੇ ਇਹਨਾਂ ਨੂੰ ਤਿਆਰ ਕਰਕੇ ਰੱਖ ਲਓ। ਅਲਹਮਦੁਲਿਲਾ ਜੀ ਚਾਵਲ ਵੀ ਸਾਡੇ ਬਹੁਤ ਹੀ ਵਧੀਆ ਬਹੁਤ ਹੀ ਮਜ਼ੇਦਾਰ ਜੇ ਤਿਆਰ ਹੋ ਗਿਆ। ਇਹਨੂੰ ਅਸੀਂ ਇੱਕ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਕਰ ਲਾਂਗੇ। ਮਾਸ਼ਾਅੱਲਾ ਜੀ ਅਲਹਮਦੁਲਿਲਾ ਬਹੁਤ ਹੀ ਵਧੀਆ ਲੱਗਦੇ ਆ ਅਤੇ ਸਾਦੇ ਚਾਵਲ ਆ ਬਿਲਕੁਲ। ਅਤੇ ਦੇਖ ਲਓ ਕਿੰਨੇ ਮਜ਼ੇਦਾਰ ਖਿਲੇ ਖਿਲੇ ਚਾਵਲ, ਕਿਲੇ ਕਿਲੇ ਜਿਹੜੇ ਚਾਵਲ ਹੈ ਨਾ ਉਹ ਬਣੇ ਆ। ਅਤੇ ਆਹ ਜਿਹੜੀ ਅਸੀਂ ਟਿੱਕੀਆਂ ਜਿਹੜੀਆਂ ਬਣਾਈਆਂ ਸੀਗੀਆਂ